ਪਹਿਲੀ ਕਬੱਡੀ ਚਾਰ ਜਾਫੀ, ਇੱਕ ਦੋ ਤਿੰਨ ਨਹੀਂ, ਅਸੀਂ ਚਾਰ ਹਾਂ ਭਰਾ। ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ। ਦੋ ਨੰਬਰ ਤੋਂ ਆਸ ਆਫ ਬੋਲਾ ਲੱਗਾ ਸੀ, ਲੇਕਿਨ ਪੁਆਇੰਟ ਮਲਕ ਬਿਨਿਆਮੀਨ ਦਾ, ਕਹਿੰਦਾ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਵਲਡਨ ਜੀ, ਚਲੋ ਬਈ ਚੱਲ ਜਵਾਨਾ। ਬਿਲਾਲ ਮੋਹਸਨ ਢਿੱਲੋਂ, ਪਾਕਿਸਤਾਨ ਏਅਰਫੋਰਸ ਦੇ ਨਾਲ ਤਲਕ, ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ, ਇੱਕ ਕੰਨੀ ਤੇ ਮੌਲਵੀ ਆਰਫ ਪਠਾਨ ਔਰ ਦੂਸਰੀ ਕੰਨੀ ਤੇ ਬਾਸ ਜਵੇਦ, ਦਰਮਿਆਨ ਚ ਆਸਮ ਰਾਜਾ, ਆਸਮ ਰਾਜਾ ਵੱਧ ਕੇ ਨਿਕਲਣੇ ਕੇ ਲੱਗਿਆ, ਲੇਕਿਨ ਪੁਆਇੰਟ ਹੋ ਗਿਆ ਬਿਲਾਲ ਮੋਹਸਨ ਢਿੱਲੋਂ ਦਾ। ਪਾਕਿਸਤਾਨ ਦੇ ਖਤਰਨਾਕ ਤਰੀਨ ਜਾਫੀ ਮੁਸ਼ਰਫ ਜਵੇਦ ਜੰਝੂਆ ਵੀ ਇਸ ਟੀਮ ਸ਼ਾਮਿਲ ਆ। ਲਾਹੌਰ ਦੇ ਨਾਲ ਤਲਕ, ਡਾਏ ਖਾਲਦ ਭੱਟੀ ਔਰ ਵੇਖ ਲਾ ਮੁਗਲਾਂ ਦੇ ਰੰਗ ਮਹਿਲ, ਨਾ ਲਈਏ ਦੁੱਲੇ ਰਾਠ ਦਾ, ਉਹ ਅੱਜ ਵੀ ਜਾਂਦੇ ਹੱਲ। ਚੱਲ ਵੀ ਖਾਲਦ ਭੱਟੀ ਪਈ ਹੋਈ ਕਬੱਡੀ, ਆਏ ਹਾਏ ਹਾਏ, ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੋ। ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੋ। ਵਸੀਮ ਕੰਬੋ, ਚੱਲ ਵੇ ਵਸੀਮ ਕੰਬੋ ਦਾ ਹੋ ਗਿਆ ਟਾਕਰਾ। ਜੀਓ ਜਵਾਨਾ ਜੀ, ਵਸੀਮ ਕੰਬੋ ਤੇ ਆਸਮ ਰਾਜਾ, ਜੀਓ ਜਵਾਨਾ। ਵੈਲਡਨ ਗੁੱਥਮ ਗੁੱਥਾ ਹੋ ਗਏ ਦੋਨੋਂ ਤੇ ਵੱਜ ਗਿਆ ਲਲਕਾਰਾ, ਹੁਣ ਤੇ ਨੰਬਰ ਉਹਨੇ ਖੜਨਾ ਜਿਹੜਾ ਹਊ ਜਾਣ ਵਿੱਚ ਭਾਰਾ ਜੀ। ਪਾਕਿਸਤਾਨ ਵਾਈਟ ਦੀ ਟੀਮ ਵੱਲੋਂ ਦੋਵਾਂ ਟੀਮਾਂ ਦੇ ਦਰਮਿਆਨ ਬਿਲਕੁਲ ਮੈਚ ਫਸਿਆ ਪਿਆ। ਉਮਰ ਗੁੱਜਰ ਪਾਕਿਸਤਾਨ ਵਾਪਡਾ ਦੇ ਨਾਲ ਇਹਨਾਂ ਦਾ ਤਲਕ ਆ। ਉਮਰ ਗੁੱਜਰ ਇਸ ਵੇਲੇ ਪਾਕਿਸਤਾਨ ਵਾਪਡਾ ਦੀ, ਪਾਕਿਸਤਾਨ ਵਾਈਟ ਟੀਮ ਦੀ ਨੁਮਾਇੰਦਗੀ ਕਰਦਿਆਂ ਹੋਇਆ ਚਾਰ ਜਾਫੀਆਂ ਦੇ ਅੱਗੇ ਵਾਰਾ ਕਰਦਾ। ਵੇਖੋ ਕਿਹਦੇ ਨਾਲ ਹੁੰਦਾ ਟੱਚ। ਵਿਕਾਸ ਗੁੱਜਰ ਇੱਕ ਕੰਨੀ ਤੇ ਔਰ ਦਰਮਿਆਨ ਚੋਂ ਨਿਕਲ ਕੇ ਲੱਗਿਆ ਨੌਜਵਾਨ, ਵੱਜੀ ਹੋਈ ਕੈਂਚੀ, ਕਹਿੰਦੇ ਸਫ਼ਰ ਵਾਸਤੇ। ਵੈਲਡਨ ਜੀ, ਦੋਵਾਂ ਟੀਮਾਂ ਦੇ ਦਰਮਿਆਨ ਚੱਲ ਪਈ ਜੀ। ਸਾਧੂਲਾ ਜੱਟ ਕਹਿੰਦਾ ਪੋਤੀ ਜੱਟ ਦਾ ਤੇ ਆਂਦਾ ਮੈਦਾਨਾਂ ਵਿੱਚ ਧੂੜਾਂ ਪੜਦਾ। ਹੈੱਡ ਕੋਚ ਪਾਕਿਸਤਾਨ ਕਬੱਡੀ ਟੀਮ ਤਾਰਵਈ ਜੱਟ ਵੀ ਮੈਦਾਨ ਦੇ ਵਿੱਚ ਬੈਠੇ ਆ। ਰਾਸ਼ਦ ਗੁੱਜਰ ਦੇ ਨਾਲ ਹੋਈ ਟੱਕਰ, ਤਾਰਵਈ ਜੱਟ। ਹਾਂਜੀ ਸਰ, ਸਬਜ਼ ਖਾਤ ਦਾ ਸਜਾਇਆ ਹੋਇਆ ਮੇਲਾ, ਕਹਿੰਦੇ ਮੈਚ ਕਬੱਡੀ ਦਾ ਅੱਜ ਹੋਣਾ, ਡੋਲੇ ਫੜਕਣ ਮੁੰਡਿਆਂ ਦੇ, ਸਭ ਨੇ ਹਿੱਕ ਦਾ ਜ਼ੋਰ ਅੱਜ ਲਾਣਾ, ਭੇੜ ਜਦ ਹੋਣੇ ਸਾਨਾਂ ਦੇ, ਖੜ ਕੇ ਵੇਖੂ ਕੁੱਲ ਜ਼ਮਾਨਾ, ਸਰ ਸਬਜ਼ ਵਾਲਾ ਕੱਪ ਉਹੀਓ ਚੁੱਕਣਗੇ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਨਾ, ਸਰ ਸਬਜ਼ ਵਾਲਾ ਕੱਪ ਉਹੀਓ ਚੁੱਕਣਗੇ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਨਾ। ਆਏ ਲੱਕ ਭੜਿਆ ਗਿਆ, ਆਏ ਲੱਕ ਟੁੱਟ ਜੂ ਚਰੀ ਦਾ ਟਾਂਡਾ, ਘੁੱਟ ਕੇ ਨਾ ਮਰੋੜ ਵੈਰੀਆ। ਵਿਕਾਸ ਗੁੱਜਰ ਬਹੁਤ ਹੀ ਖੂਬਸੂਰਤ ਜਫਲ ਆਇਆ, ਆਸਮ ਰਸ਼ੀਦ ਦਾ ਇਸ਼ਾਰਾ ਕਿ ਪੁਆਇੰਟ ਹੋ ਗਿਆ ਇਸ ਵੇਲੇ ਜਾਫੀ ਦਾ। ਪਾਕਿਸਤਾਨ ਮੁਸਤਫਾ ਬਿਜਲੀ, ਲੈ ਵੀ ਪਾਕਿਸਤਾਨ ਦਾ ਤੇਜ਼ ਤਰੀਨ ਰੇਡਰ ਮੁਸਤਫਾ ਬਿਜਲੀ ਜੀ, ਇਹ ਕਹਿੰਦਾ ਸਦਕੇ ਜਾਵਾਂ ਮੈਂ ਤੇਰੀ ਰਫਤਾਰ ਉੱਤੋਂ, ਜਾਫੀ ਨਾ ਜਾ ਕੇ ਚਪਟ ਇੰਜ ਲਾਵੇ, ਚਪਟਦਾ ਹੈ ਜਿਵੇਂ ਸ਼ੇਰ ਸ਼ਿਕਾਰ ਉੱਤੇ, ਚਪਟਦਾ ਹੈ ਜਿਵੇਂ ਸ਼ੇਰ ਸ਼ਿਕਾਰ ਉੱਤੋਂ। ਡਬਲ ਟੱਚ ਜੀ, ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ, ਪਰ ਜੱਫਾ ਕੱਲੇ ਕੱਲੇ ਦਾ, ਜੱਫਾ ਕੱਲੇ ਕੱਲੇ ਦਾ। ਮਲਕ ਬਿਨਿਆਮੀਨ ਇੱਕ ਵਾਰੀ ਫੇਰ ਗੋਰਾ ਨਸ਼ੋ ਰੰਗ ਆ, ਚਿੱਟੇ ਰੰਗ ਦਾ ਕੱਛਾ, ਕਹਿੰਦਾ ਚਿੱਟੀ ਚਾਦਰ ਲਾ ਸੁੱਟ ਕੁੜੀਏ, ਖਿੱਚੀ ਗਈ ਖੋਚੇ, ਵੱਜੀ ਹੋਈ ਕੈਂਚੀ, ਖੁੱਚ ਪੁੱਟਣੀ ਨਾਲੇ ਲਾਣੀ ਢਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਆਂਦੇ ਸਾਰੇ ਖਾ ਕੇ ਖੁਰਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਆਂਦੇ ਸਾਰੇ ਖਾ ਕੇ ਖੁਰਾਕ ਮਿੱਤਰੋ। ਬਿਲਾਲ ਮੋਹਸਨ ਢਿੱਲੋਂ ਚੱਲ ਜਵਾਨਾ, ਪਾਕਿਸਤਾਨ ਏਅਰਫੋਰਸ ਦਾ ਸ਼ਹੀਨ ਬਿਲਾਲ ਮੋਹਸਨ ਢਿੱਲੋਂ ਇਸ ਵੇਲੇ ਪਾਕਿਸਤਾਨ ਗ੍ਰੀਨ ਟੀਮ ਦੀ ਨੁਮਾਇੰਦਗੀ ਕਰ ਰਿਹਾ। ਇਮਰਾਨ ਵਾਲੇ ਦੇ ਨਾਲ ਹੋਈ ਹੈ ਟੱਕਰ, ਇੱਕੋ ਜਿਹੇ ਨੌਜਵਾਨ। ਇਮਰਾਨ ਵਾਲੇ ਦਾ ਤਲਕ ਪਾਕਿਸਤਾਨ ਵਾਪਡਾ ਨਾਲ ਔਰ ਬਿਲਾਲ ਮੋਹਸਨ ਢਿੱਲੋਂ ਭਰਾ ਟਵਈ। ਜਵਾਨਾਂ ਨੂੰ ਮਾਣ ਜਵਾਨੀ ਦੇ, ਜਵਾਨਾਂ ਨੂੰ ਮਾਣ ਜਵਾਨੀ ਦੇ। ਚਲੋ ਖਾਲਦ ਚੱਲ ਜਵਾਨਾ, ਖਾਲਦ ਭੱਟੀ, ਖਾਲਦ ਭੱਟੀ ਜੀਓ ਜਵਾਨਾ ਜੀ। ਖਾਲਦ ਭੱਟੀ ਚ ਨਵੀਦ ਔਰ ਵਿਕਾਸ ਆਪਣੀ ਕੰਨੀ ਤੇ ਚੱਲ ਜੀਓ ਜਵਾਨਾ ਜੀ। ਨਫੀਸ ਗੁੱਜਰ ਦੇ ਨਾਲ ਹੋਈ ਟੱਕਰ,
ਪੁਆਇੰਟ ਖਾਲਦ ਪੱਟੀ ਦਾ, ਪੁਆਇੰਟ ਖਾਲਦ ਪੱਟੀ ਦਾ ਜੀ ਓਏ ਖਾਲਦ ਪੱਟੀ ਸਰਸਬਜ਼ ਖਾਦ ਦਾ ਸਜਾਇਆ ਹੋਇਆ ਮੇਲਾ ਵਸੀਮ ਕੰਬੋ ਇਸ ਵੇਲੇ ਪਾਕਿਸਤਾਨ ਦਾ ਤੇਜ਼ ਤਰੀਨ ਰੇਡਰ ਆ ਚੱਲ ਜਵਾਨਾਂ ਵੇਖੋ ਕਿਹਦੇ ਨਾਲ ਹੁੰਦੀ ਟੱਕਰ ਬਹੁਤ ਹੀ ਖੂਬਸੂਰਤ ਮੈਚ ਝੰਗ ਦੀ ਤਾਰੀਖ ਦਾ ਇਹ ਪਹਿਲਾ ਮੈਚ ਹੈ ਕਿ ਪਰੇ ਪਾਕਿਸਤਾਨ ਦੇ ਸੁਪਰ ਸਟਾਰ ਇੰਨੇ ਆਇਆ ਖੁੱਚਾਂ ਖਿੱਚੀਆਂ ਗਈਆਂ ਜੋੜੇ ਜੋੜੇ ਫੜੇ ਗਏ ਲੱਕ ਫੜਿਆ ਹੋਇਆ ਆਏ ਹਾਏ ਹਾਏ ਜੇ ਮੇਰੇ ਲੱਕ ਨੂੰ ਚਿਬੜਦਾ ਜਾਵੇ ਨੀ ਭਾਬੀ ਸੋਹਣਾ ਮੁੰਡਾ ਗਿੱਲੂ ਵਰਗਾ ਤਾੜੀਆਂ ਵੀ ਜਵਾਨ ਵਾਸਤੇ ਤਾੜੀਆਂ ਮੌਲਵੀ ਆਰਫ ਸੀ ਵੈਲ ਡਨ ਮੌਲਵੀ ਆਰਫ ਪਠਾਨ ਵੈਲ ਡਨ ਜੀ ਵੈਲ ਡਨ ਬਹੁਤ ਹੀ ਅੱਛਾ ਜਫਾ ਲਾਇਆ ਮੌਲਵੀ ਆਰਫ ਪਠਾਨ ਨੇ ਜੀ ਓ ਜਵਾਨਾਂ ਚੱਲ ਵੇ ਪੈਂਦੀਆਂ ਕਬੱਡੀਆਂ ਅੱਜ ਚੜ ਚੜ ਕੇ ਤੇ ਵੇਖਦਾ ਜ਼ਮਾਨਾ ਅੱਜ ਖੜ ਖੜ ਕੇ ਆਏ ਹਾਏ ਹਾਏ ਦੋ ਨੰਬਰ ਤੋਂ ਲੱਗਾ ਨੌਜਵਾਨ ਖੁੱਚ ਖਿੱਚੀ ਪੜੀ ਹੋਈ ਕੈਂਚੀ ਆਏ ਹਾਏ ਹਾਏ ਜਨਾਬ ਸਾਹਿਬ ਜ਼ਾਦਾ ਮਹਿਬੂਬ ਸੁਲਤਾਨ ਸਾਹਿਬ ਦੋ ਨੰਬਰ ਤੋਂ ਜਵਾਨ ਨੇ ਜੱਫਾ ਲਾਇਆ ਕਹਿੰਦੇ ਦੋ ਨੰਬਰ ਦਾ ਬੰਦਾ ਵੀ ਮਾੜਾ ਤੇ ਦੋ ਨੰਬਰ ਦਾ ਧੰਦਾ ਵੀ ਮਾੜਾ ਵੈਲਡਨ ਜੀ ਬਹੁਤ ਹੀ ਅੱਛਾ ਮੈਚ ਚੱਲ ਰਿਹਾ ਦੋਵਾਂ ਟੀਮਾਂ ਦੇ ਦਰਮਿਆਨ ਪਾਕਿਸਤਾਨ ਗ੍ਰੀਨ ਔਰ ਪਾਕਿਸਤਾਨ ਵਾਈਟ ਟੀਮਾਂ ਦੇ ਦਰਮਿਆਨ ਅੱਜ ਕਬੱਡੀ ਦਾ ਇਹ ਮੈਚ ਝੰਗ ਦੀ ਤਾਰੀਖ ਦਾ ਬਹੁਤ ਤਕੜਾ ਮੈਚ ਝੰਗ ਦੀ ਤਾਰੀਖ ਦੇ ਵਿੱਚ ਪਹਿਲਾ ਇਹ ਕਬੱਡੀ ਦਾ ਮੈਚ ਹੋ ਰਿਹਾ ਜਿਹਦੇ ਵਿੱਚ ਪਾਕਿਸਤਾਨ ਦੇ ਇੰਨੇ ਸੁਪਰ ਸਟਾਰ ਹਾਂਜੀ ਟਾਈਮ ਹਾਂਜੀ ਆਫੀਸ਼ਲ ਆਫੀਸ਼ਲ ਟਾਈਮ ਆਊਟ ਲਿਆ ਹੋਇਆ ਜੀ ਬਿਲਕੁਲ ਅੰਪਾਇਰ ਹਜ਼ਰਤ ਨੇ ਕਿਹਾ ਕਿ ਚਿੱਟ ਕਪੜੀਏ ਬੰਦੇ ਬਾਹਰ ਹੋ ਜਾਓ ਜਦੋਂ ਰੌਲਾ ਪੈਂਦਾ ਹਮੇਸ਼ਾ ਚਿੱਟ ਕਪੜੀਆਂ ਬੰਦਿਆਂ ਤੋਂ ਪੈਂਦਾ ਜਨਾਬ ਕਹਿੰਦੇ ਰੰਡੀ ਰੰਡਵਾ ਕੱਟ ਲੈਂਦੀ ਹੈ ਮਸਟੰਡੇ ਨਹੀਂ ਕੱਟਣ ਦਿੰਦੇ ਜੀ ਜਦੋਂ ਰੌਲਾ ਪੈਂਦਾ ਹਮੇਸ਼ਾ ਚਿੱਟ ਕਪੜੀਆਂ ਬੰਦਿਆਂ ਤੋਂ ਪੈਂਦਾ ਕਦੀ ਖਿਲਾੜੀ ਆਪਸ ਨਹੀਂ ਲੜਦੇ ਖਿਲਾੜੀ ਮੁਹੱਬਤ ਦੇ ਅਮਨ ਦੇ ਸਫੀਰ ਹੁੰਦੇ ਆ ਔਰ ਸਾਡੇ ਸਾਹਮਣੇ ਵੀ ਫਾਖਤਾ ਅਮਨ ਦੀ ਸਫੀਰ ਆ ਉਹਦਾ ਵੀ ਲੋਗੋ ਖੜਾ ਅਸੀਂ ਇੱਕ ਵਾਰੀ ਫਿਰ ਸਾਧੂਲਾ ਜੱਟ ਚੱਲ ਸਾਧੂਲਾ ਜੱਟ ਪਾਕਿਸਤਾਨ ਏਅਰਫੋਰਸ ਨਾਲ ਤਲਕ ਪਿੰਡ ਦਾ ਸਖੀਰਾ ਸਾਧੂਲਾ ਜੱਟ ਇੱਕ ਕੰਨੀ ਤੇ ਰਾਸ਼ਦ ਗੁੱਜਰ ਤੇ ਦੂਸਰੀ ਤੇ ਹੋ ਗਿਆ ਆਰਫ ਪਠਾਨ ਬਸ ਜਵੇਦ ਦੇ ਨਾਲ ਹੋਈ ਟੱਕਰ ਬਸ ਜਵੇਦ ਚੱਲ ਬਸ ਜਵੇਦ ਤੇ ਸਾਧੂਲਾ ਜੀਓ ਜਵਾਨਾ ਜੀ ਆਏ ਸਾਧੂਲਾ ਇੱਕ ਝੁੰਬਰ ਪਾ ਕੇ ਵਿਖਾ ਜਿਹੜਾ ਇੰਡੀਆ ਚ ਜਾ ਕੇ ਪਾਉਂਦਾ ਹੁੰਦਾ ਜੀ ਓ ਜਵਾਨਾ ਜੀ ਮੁੰਡੇ ਦੀ ਉਂਗਲ ਖੜੀ ਪਈ ਦੱਸਦੀ ਹੈ ਕਿ ਦੁੱਧ ਚੁੰਗਿਆ ਬੂਰੀਆਂ ਦਾ ਜੀ ਅਜਵਾਨਾ ਵੈਲਡਨ ਜੀ ਅੱਜ ਦੀ ਝੰਗ ਦੀ ਤਾਰੀਖ ਦਾ ਬਹੁਤ ਹੀ ਤਕੜਾ ਸਰਸਬਜ਼ ਖਾਦ ਦਾ ਸਜਾਇਆ ਹੋਇਆ ਮੇਲਾ ਫਾਤਮਾ ਫਰਟੀਲਾਈਜ਼ਰ ਵਾਲਿਆਂ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਕਿ ਜਿਨ੍ਹਾਂ ਨੇ ਝੰਗ ਦੇ ਵਿੱਚ ਏਡਾ ਸੋਹਣਾ ਏਡਾ ਤਾਰੀਖੀ ਮੇਲਾ ਸਜਾਇਆ ਚੱਲ ਜਵਾਨਾ ਪਾਸ ਆ ਕੱਪ ਕਬੱਡੀ ਵੇਖੋ ਕਿਹਦੇ ਨਾਲ ਹੁੰਦਾ ਟੱਚ ਜੀ ਅਜਵਾਨਾ ਜੀ ਚਾਰ ਨਾ ਜਾਫੀ ਚੀਨ ਦੀ ਕੰਧ ਇਸ ਵੇਲੇ ਬਣ ਕੇ ਖੜੇ ਹੋਏ ਆ ਜੀ ਓ ਦੋ ਨੰਬਰ ਤੋਂ ਫਿਰ ਨੌਜਵਾਨ ਲੱਗਾ ਆਏ ਹਾਏ 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 ਪੁਆਇੰਟ ਪੁਆਇੰਟ ਰੇਡਰ ਦਾ ਜੀ ਪੁਆਇੰਟ ਰੇਡਰ ਦਾ ਇਸ ਵੇਲੇ ਫਿਰ ਗਿਆ ਇੱਕ ਵਾਰੀ ਮੁਸਤਫਾ ਬਿਜਲੀ ਚੱਲ ਕਹਿੰਦੇ ਕਬੱਡੀ ਕੌਡੀ ਖੇਡਣਾ ਬਈ ਕੌਡੀ ਖੇਡਣ ਉਹ ਬਈ ਜਿਨ੍ਹਾਂ ਰੱਜ ਖਾਦੇ ਛੱਲੇ ਦੇਸੀ ਘਿਓ ਦੀਆਂ ਚੂਰੀਆਂ ਦੇ ਆਤਫ ਉਹਨਾਂ ਦਾ ਜੱਗ ਤੇ ਜੋੜ ਕਿਹੜਾ ਚੁੰਗੇ ਦੁੱਧ ਜਿਨ੍ਹਾਂ ਮੱਝਾਂ ਬੂਰੀਆਂ ਦੇ ਚੁੰਗੇ ਦੁੱਧ ਜਿਨ੍ਹਾਂ ਮੱਝਾਂ ਬੂਰੀਆਂ ਦੇ ਚੱਲ ਵੀ ਵਰਲਡ ਰਾਸ਼ਦ ਗੁੱਜਰ ਤੇ ਆਏ ਐਨਐਲਸੀ ਟਰਾਲਾ ਤੇ ਸੁਜ਼ੂਕੀ ਕਾਰ ਆਏ ਹਾਏ 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 ਸੁਜ਼ੂਕੀ ਕਾਰ ਬਾਜ਼ੀ ਲੈ ਗਏ ਜੀ ਐਨਐਲਸੀ ਟਰਾਲੇ ਦੇ ਕੋਲੋਂ ਵਰਲਡਨ ਜੀ ਇੱਕ ਪਾਸੇ ਐਨਐਲਸੀ ਟਰਾਲਾ ਤੇ ਇੱਕ ਪਾਸੇ ਸੁਜ਼ੂਕੀ ਕਾਰ ਦਾ ਟਾਕਰਾ ਸੀ ਦੋਵਾਂ ਟੀਮਾਂ ਦੇ ਦਰਮਿਆਨ ਬਹੁਤ ਹੀ ਮੈਚ ਸੀਗਾ ਫਸਿਆ ਹੋਇਆ ਚੱਲ ਦਰਮਿਆਨ ਕਬੱਡੀ ਦਾ ਮੈਚ ਚੱਲਦਾ ਹੋਇਆ ਮੁੱਖ ਮਹਿਮਾਨ ਜਨਾਬ ਸਾਹਿਬ ਜ਼ਾਦਾ ਮਹਿਬੂਬ ਸੁਲਤਾਨ ਸਾਹਿਬ ਵਫਾਕੀ ਵਜ਼ੀਰ ਫੂਡ ਐਂਡ ਰਿਸਰਚ ਸਟੇਜ ਦੀ ਜ਼ੀਨਤ ਨੇ ਕਬੱਡੀ ਦਾ ਮੈਦਾਨ ਸਜਿਆ ਹੋਇਆ ਚੱਲ ਜਵਾਨਾ ਵੈਲ ਡਨ ਚੱਲ ਵੀ ਓਏ ਹੋਏ ਹੋਏ ਵਾਹ ਜੀ ਵਾਹ ਜੀ ਓ ਜਵਾਨਾ ਜੀ ਆਏ ਨਹੀਂ ਲੱਭਣਾ ਲਾਲ ਗਵਾਚਾ ਮਿੱਟੀ ਨਾ ਫਰੋਲ ਜੋਗੀਆ ਨਹੀਂ ਲੱਭਣਾ ਲਾਲ ਗਵਾਚਾ ਮਿੱਟੀ ਨਾ ਫਰੋਲ ਜੋਗੀਆ ਖਾਲਦ ਪੱਟੀ ਚੱਲ ਖਾਲਦ ਪੱਟੀ ਇੰਟਰਨੈਸ਼ਨਲ ਕਬੱਡੀ ਪਲੇਅਰ ਇਸ ਨੌਜਵਾਨ ਜੀ ਓ ਤਾੜੀਆਂ ਵੀ ਤਾੜੀਆਂ ਨਵੀਨ ਜੱਟ ਤੇ ਖਾਲਦ ਪੱਟੀ ਇੱਕ ਪਾਸੇ ਨੀਤਾ ਜੱਟ ਸਾਹਮਣੇ ਤੇ ਖਾਲਦ ਪੱਟੀ ਆਏ ਹਾਏ 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 ਤਾੜੀਆਂ ਵੀ ਤਾੜੀਆਂ ਖਾਲਦ ਪੱਟੀ ਦੇ ਨਾਂ ਦੀਆਂ ਬਹੁਤ ਖੂਬਸੂਰਤ ਖੇਲ ਪੇਸ਼ ਕੀਤਾ ਜਵਾਨ ਨੇ ਖਾਲਦ ਪੱਟੀ ਨੇ ਵਸੀਮ ਕੰਬੋ ਸ਼ਬਾਜ਼ ਅਲੀ ਬੰਦੇਸ਼ਾ ਉਹਨਾਂ ਦਾ ਇਹ ਇੰਟਰਨੈਸ਼ਨਲ ਕਬੱਡੀ ਕੋਚ ਉਹਦਾ ਸ਼ਗਿਰਦ ਆ ਵਸੀਮ ਕੰਬੋ ਇਸ ਵੇਲੇ ਪਾਕਿਸਤਾਨ ਦਾ ਤੇਜ਼ ਤਰੀਨ ਰੇਡਰ ਆ ਚਾਰ ਜਾਫੀਆਂ ਦੀ ਸੰਗਲੀ ਦੇ ਵਿੱਚੋਂ ਜ਼ਾਹਦ ਇਮਰਾਨ ਵਾਲਾ
ਲਾਹੌਰ ਵਾਲਾ ਉਹਦੇ ਨਾਲ ਹੋਈ ਹੈ ਟੱਕਰ। ਜ਼ਾਹਦ ਇਮਰਾਨ ਵਾਲਾ ਤੇ ਵਸੀਮ ਕੰਬੋ ਭੱਜ ਮਿੱਤਰਾ ਭੱਜ ਤੇਰੇ ਮਗਰ ਬੰਦੂਕਾਂ ਵਾਲੇ। ਵਲਡਨ ਜੀ ਚੱਲਦਾ ਹੋਇਆ ਮੈਚ ਉਮਰ ਗੁੱਜਰ ਜੀ ਅਜਵਾਨਾ ਜੀ ਵਲਡਨ ਬਹੁਤ ਹੀ ਅੱਛਾ ਔਰ ਪੁਆਇੰਟ ਹੋ ਗਿਆ ਰੇਡਰ ਦਾ ਜੀ ਰੇਡਰ ਦਾ ਪੁਆਇੰਟ ਇਸ ਵੇਲੇ ਸਾਧੂਲਾ ਗਿਆ ਇੱਕ ਵਾਰੀ ਫਿਰ ਰੇਡ ਦੇ ਉੱਤੇ ਜੀ ਸਾਧੂਲਾ ਹਾਂਜੀ ਸਾਧੂਲਾ ਜੀ ਖੂਬਸੂਰਤ ਅੰਦਾਜ਼ ਸਾਧੂਲਾ ਦਾ ਔਰ ਦੇਖੋ ਕਿਹਦੇ ਨਾਲ ਹੁੰਦਾ ਟੱਚ ਆਏ ਜੀ ਹਾਂਜੀ ਬ੍ਰੇਕ ਕਹਿੰਦੇ ਜੀ ਦੋ ਤਿੰਨ ਮਿੰਟ ਕੀ ਕਰਦੇ ਅਜ਼ਾਨ ਹੋ ਰਹੀ ਹੈ ਅਜ਼ਾਨ ਕੇ ਬਾਅਦ ਬਾਕੀ ਮੈਚ ਸ਼ੁਰੂ ਹੋਗਾ ਜੀ ਮਰਦ ਦੀ ਸਦਰ ਪਾਕਿਸਤਾਨ ਕਿਸਾਨ ਇਤਿਹਾਦ ਮੁਹਤਰਮ ਮੀਆਂ ਖਾਲਦ ਮਹਿਮੂਦ ਖੋਖਰ ਸਾਹਿਬ ਚੌਧਰੀ ਰਿਜ਼ਵਾਨ ਇਕਬਾਲ ਸਾਹਿਬ ਸਦਰ ਪੰਜਾਬ ਮੁਹਤਰਮ ਜਨਾਬ ਮੈਂ ਵੇਨਾ ਪਿਆ ਕਿ ਮਖਦੂਮ ਗਜ਼ਨਫਰ ਅਬਾਸ ਕੁਰੈਸ਼ੀ ਸਾਹਿਬ ਮੈਂਬਰ ਸੂਬਾਈ ਅਸੈਂਬਲੀ ਜਨਾਬ ਸਾਹਿਬਜ਼ਾਦਾ ਪੀਰ ਮਹਿਬੂਬ ਸੁਲਤਾਨ ਸਾਹਿਬ ਵਫਾਕੀ ਵਜ਼ੀਰ ਬਰਾਏ ਜ਼ਰਾਇਤ ਮੇਰੇ ਸਟੇਜ ਦੇ ਉੱਪਰ ਤਸ਼ਰੀਫ ਫਰਮਾਨੇ ਖੁਰਮ ਜਵੇਦ ਮਕਬੂਲ ਸਾਹਿਬ ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ ਕਿ ਸਾਡੇ ਨਾਲ ਮੁਹੱਬਤਾਂ ਸਾਂਝੀਆਂ ਕੀਤੀਆਂ ਔਰ ਸਰਦਾਰ ਸੰਤੋਖ ਸਿੰਘ ਮੰਡੀਰ ਸਾਹਿਬ ਆਫ ਕੈਨੇਡਾ ਜਨਰਲ ਸੈਕਟਰੀ ਕੈਨੇਡਾ ਕਬੱਡੀ ਫੈਡਰੇਸ਼ਨ ਇੱਧਰ ਕਬੱਡੀ ਵੇਖੀਏ ਬਲਾਲ ਮੋਸਟਨ ਢਿੱਲੂ ਫੜਫੜਿਆ ਡੌਲਿਆਂ ਚ ਪੈਂਦੀਆਂ ਨੇ ਛੱਲੀਆਂ ਜੱਟ ਦੀਆਂ ਰੋਡਾਂ ਰੇਡਾਂ ਲੋਕੋ ਜਾਂਦੀਆਂ ਨਹੀਂ ਝੱਲੀਆਂ ਸੋਹਣੀ ਪਾਉਂਦਾ ਪਿੰਡ ਵਿੱਚ ਰੇਡ ਮਿੱਤਰਾ ਵੇ ਤੂੰ ਕੌਡੀ ਪਾਉਂਦੇ ਗੱਭਰੂ ਨੂੰ ਵੇਖ ਮਿੱਤਰਾ ਅਗਲੀ ਕਬੱਡੀ ਕੌਣ ਪਾਏਗਾ ਜੀ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਬਿਲਕੁਲ ਤਿਆਰ ਬਰ ਤਿਆਰ ਔਰ ਸਾਡਾ ਇੱਕ ਸੈਸ਼ਨ ਚੱਲੇਗਾ ਮੈਂ ਦੱਸਦਾ ਜਾਵਾਂ ਕਿ ਕੈਟਲ ਸ਼ੋ ਦੇ ਵਿੱਚ ਜਿਹਨਾਂ ਲੋਕਾਂ ਦੇ ਇਨਾਮਾਤ ਨੇ ਮੇਰੇ ਨਜ਼ਦੀਕ ਆ ਜਾਣ ਵਾਰਸ ਅਲੀ ਸਾਹਿਬ ਵਲ ਅਲਾ ਯਾਰ ਚੱਕ ਨੰਬਰ 179 ਇਹਨਾਂ ਵਾਸਤੇ ਸਪੈਸ਼ਲ ਇਨਾਮ ਹੈ ਇਹਨਾਂ ਵਾਸਤੇ ਸਪੈਸ਼ਲ ਇਨਾਮ ਹੈ ਖੂਬਸੂਰਤ ਜਾਨਵਰਾਂ ਦਾ ਔਰ ਲਿਆਕਤ ਅਲੀ ਗੁੱਜਰ ਸਾਹਿਬ ਵਲ ਮੁਹੰਮਦ ਸਦੀਕ ਸਾਹਿਬ ਸਰਗੋਦਾ ਰੋਡ ਜੰਗ ਇਹਨਾਂ ਵਾਸਤੇ ਸਪੈਸ਼ਲ 15,000 ਦਾ ਇਨਾਮ ਹੈ 25,000 ਵਾਰਸ ਅਲੀ ਸਾਹਿਬ ਵਾਸਤੇ ਖਾਨ ਮੁਹੰਮਦ ਸਾਹਿਬ ਮਿਆਲ ਚੱਕ ਨੰਬਰ 445 ਮੁਹੰਮਦ ਅਬਦੁੱਲਾ ਸਾਹਿਬ ਵਲਦ ਵਲੀ ਮੁਹੰਮਦ ਇਹਨਾਂ ਵਾਸਤੇ ਸਪੈਸ਼ਲ ਇਹ ਮਾਨ ਸਨਮਾਨ ਹੌਸਲਾ ਅਫਜ਼ਾਈ ਦੇ ਇਨਾਮ ਆ ਸਰ ਸਬਜ਼ ਵੱਲੋਂ ਇਹਨਾਂ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਔਰ ਮਜ਼ਰ ਇਕਬਾਲ ਵਲਦ ਅਮੀਰ ਖਾਨ ਸਾਹਿਬ ਚੱਕ ਨੰਬਰ 445 ਇਹਨਾਂ ਵਾਸਤੇ ਸਰਸਬਜ਼ ਦਾ ਕੈਸ਼ ਪ੍ਰਾਈਜ਼ ਨਾਲ ਜਾਏਗਾ ਇਹਨਾਂ ਦੇ ਲਾਲ ਖਾਨ ਵਲਦ ਅੱਲਾ ਇਤਾ ਸਾਹਿਬ ਇਹਨਾਂ ਵਾਸਤੇ ਮੁਹੱਬਤਾਂ ਸਾਂਝੀਆਂ ਹੋਣਗੀਆਂ ਜ਼ਰਾ ਸਟੇਜ ਦੀ ਬੈਕ ਸਾਈਡ ਤੇ ਪਹੁੰਚ ਜਾਣ ਹਾਂਜੀ ਕਬੱਡੀ ਕੌਣ ਪਾਏਗਾ ਜੀ ਖਾਲਦ ਭੱਟੀ ਕਹਿੰਦਾ ਮੈਂ ਪਾਉਣਾ ਕਬੱਡੀ ਚੱਲ ਪਈ ਖਾਲਦ ਭੱਟ ਗਿਆ ਪਾ ਕਬੱਡੀ ਸਦਕੇ ਜਾਵਾਂ ਲਾਹੌਰ ਦੇ ਬੱਬਰ ਸ਼ੇਰਾ ਪਿੰਡੇ ਵਿੱਚ ਕੌਡੀ ਹੈ ਤੇ ਪੈਰਾਂ ਵਿੱਚ ਫੁਰਤੀ ਦਲੇਰੀਆਂ ਦੀ ਦਿੱਤੀ ਹੋਣੀ ਮਾਂ ਨੂੰ ਗੁਰਤੀ ਨਫੀਸ ਕਿਧਰ ਆਇਆ ਉਹ ਜੌਂਸਰੇ ਕਬੂਤਰਾਂ ਨੂੰ ਫੁਰ ਨੰਬਰ ਕਬੱਡਰ ਦਾ ਅਗਲੀ ਅਜ਼ਾਨ ਸੁਣ ਲਈ ਹੈਗੀ ਯਾਰ ਚੱਲ ਪਈ ਮੁਹੰਮਦ ਵਸੀਮ ਕੰਬੋ ਅਗਲੀ ਕਬੱਡੀ ਦੇ ਉੱਪਰ ਪਾਕਿਸਤਾਨ ਏਅਰਫੋਰਸ ਦਾ ਸ਼ਹਿਜ਼ਾਦਾ ਲੱਗਾ ਨੌਜਵਾਨ ਇੱਕ ਵਾਰੀ ਫਿਰ ਵਾਪਸ ਦਾ ਵੱਡਾ ਟ੍ਰਾਂਸਫਾਰਮਰ ਪਰ ਕਹਿੰਦਾ ਕੀ ਕਰ ਰਹੇ ਹੋ ਮੈਂ ਤਾਂ ਆਪਕੇ ਕਾਬੂ ਨਹੀਂ ਆਉਂਗਾ ਨੰਬਰ ਕਬੱਡਰ ਦਾ ਕਬੱਡੀ ਪਾਏਗਾ ਮੁਹੰਮਦ ਅਰਸਲਾਨ ਵੱਟੂ ਇੱਕ ਵਾਰੀ ਫਿਰ ਮੁਲਤਾਨੀਆਂ ਸ਼ੇਰ ਪਾਕਿਸਤਾਨ ਵਾਪਸ ਦੇ ਨਾਲ ਮੁੰਡੇ ਦਾ ਵਾਸਤਾ ਅੱਗੇ ਚੌਹਾਂ ਦੀ ਚੇਨ ਘੁੰਮਦੀ ਪਈ ਆਉਂਦੇ ਧਾਵੀ ਨੂੰ ਵੇਖ ਕੇ ਕਹਿਣ ਜਾਫੀ ਸਮਝ ਗਏ ਆ ਤੇਰੀ ਅਦਾਰ ਆਠਾ ਪਰ ਵੱਟੂ ਕਹਿੰਦਾ ਜਿੱਤ ਕੇ ਹੀ ਜਾਣਾ ਮੈਂ ਜਾਣਾ ਨਹੀਂ ਹਾਰ ਕੇ ਨੰਬਰ ਪਾਕਿਸਤਾਨ ਵਾਈਟ ਦਾ ਅਗਲੀ ਕਬੱਡੀ ਪਾਏਗਾ ਬਲਾਲ ਮੋਸਟਨ ਢਿੱਲੂ ਇੱਕ ਵਾਰੀ ਫਿਰ ਜੱਟ ਕਬੱਡੀ ਦੇ ਉੱਪਰ ਚੱਲ ਪਈ ਜੱਟਾ ਪਾ ਕਬੱਡੀ ਪਿੰਡ 51 ਜੀਮਬੇ ਸਜਾਦਾ ਉੱਚਾ ਲੰਮਾ ਬੁੱਤ ਗੱਭਰੂ ਦਾ ਇੰਟਰਨੈਸ਼ਨਲ ਕਬੱਡੀ ਪਲੇਅਰ ਨੌਜਵਾਨ ਕਹਿੰਦਾ ਰੋਕ ਲੈ ਵੀ ਜਿੰਨੇ ਅੱਜ ਰੋਕਣਾ ਜੱਟ ਚੱਲਿਆ ਪਾਲੇ ਨੂੰ ਹੱਥ ਲਾ ਕੇ ਰੋਕ ਉਧਰ ਮੌਲਵੀ ਅਰਫ ਨੌਜਵਾਨ ਮੈਂ ਵੇਨਾ ਪਿਆ ਹਮਜ਼ਾ ਕਸਾਈ ਪਾਸਤ ਜਵੇਦ ਨੇ ਕੀਤੀ ਵੱਧ ਕੇ ਟਰਾਈ ਬੱਲੇ ਬੱਲੇ ਹੁੰਦੀ ਹੋਈ ਮੈਦਾਨ ਚ ਧੌਲਾ ਤੱਫੇ ਧੱਕੇ ਇਹ ਵੇਖਾਂਗੇ ਕੀ ਬਣਦਾ ਬਲਾਲ ਮੋਸਨ ਢਿੱਲੂ ਪਾਸਤ ਜਵੇਦ ਨਲਿਆਂ ਵਾਲਾ ਬੱਬਰ ਸ਼ੇਰ ਇਹ ਉਹ ਵੇਖੋ ਕਾ ਪੈ ਕਹਿੰਦਾ ਏ ਸਦਕੇ ਜੱਟਾ ਤੇਰੇ ਨਿਕਲਾਏ ਕੌਡੀ ਦੇ ਡਿਸਿਪਲਨ ਤੋਂ ਜੀ ਉਹ ਨੌਜਵਾਨ ਬਸ ਜਵੇਦ ਨੰਬਰ ਦਾ ਕੀਤਾ ਮੁੰਡਾ ਤਾੜੀਆਂ ਮਾਰਦੇ ਇੱਕ ਵਾਰੀ ਝੰਗ ਵਾਲਿਓ ਮਾਰੋ ਤਾੜੀਆਂ ਬੱਬਰ ਸ਼ੇਰਾਂ ਦੀਆਂ ਪੰਜਾਬ ਦਾ ਸਰਮਾਇਆ ਪਾਕਿਸਤਾਨ ਦਾ ਸਰਮਾਇਆ ਮੇਰੇ ਮੈਦਾਨ ਦੇ ਵਿੱਚ ਹੈ ਜ਼ਿੰਦਾਬਾਦ ਜੀ ਅਗਲੀ ਕਬੱਡੀ ਪਾਉਣ ਵਾਸਤੇ ਰਜ਼ੀ ਗੋਂਦਲ ਇੱਕ ਵਾਰੀ ਫਿਰ ਇੱਕ ਕੰਨੀ ਤੇ ਨਫੀਸ ਗੁੱਜਰ ਦੂਜੇ ਬੰਨੇ ਵੇਂਦਾ ਪਿਆ ਮੁਦੱਸਰ ਹੁਸੈਨ ਮੱਛੋ ਨਿੱਕੇ ਬੰਦ ਆਇਆ ਉਹ ਲਾਇਆ ਟੱਚ ਇਹ ਨੌਜਵਾਨ ਮੱਛੋ ਲੱਗ ਗਿਆ ਨਾਲ ਰੈਫਰੀ ਸਾਹਿਬ ਐਸਨ ਰਸ਼ੀਦ ਗੁੱਜਰ ਸਾਹਿਬ ਦਾ ਇਸ਼ਾਰਾ ਕਿ ਡਬਲ ਟੱਚ ਕੋਈ ਫਾਇਦਾ ਨਹੀਂ ਕਾਰਤੂਸ ਚੱਲੇ ਦਾ ਕੌਡੀ ਖੇਡ ਹੈ ਮਿੱਤਰਾ ਜੱਫਾ ਕੱਲੇ ਨੂੰ ਕੱਲੇ ਦਾ ਨੰਬਰ ਕਬੱਡਰ ਦਾ ਔਰ ਮੇਰਾ ਵੀਰਾ ਫਜ਼ਲ ਹੈ ਗੁੱਜਰ ਇਸ ਮੈਚ ਨੂੰ ਕਬੱਡੀ ਸ਼ਾਨ ਪੰਜਾਬੀਆਂ ਦੇ ਪੇਜ ਤੇ ਲਾਈਵ ਟੈਲੀਕਾਸਟ ਕਰਦਾ ਪਿਆ ਪੰਜਾਬੀ ਸ਼ੌਕ ਤੇ ਮੇਰੇ ਵੀਰਾ ਦੌਰਾਨ ਬੱਟ ਸਾਹਿਬ ਦੀਆਂ ਮੁਹੱਬਤਾਂ ਕਬੱਡੀ ਕਬੱਡੀ ਕਰਦਾ ਹੋਇਆ ਗੁਲਾਮ ਮੁਸਤਫਾ ਬਿਜਲੀ ਚੱਲ
ਤੇ ਬਿਜਲੀ ਏ ਪਾ ਕਬੱਡੀ ਪੈਰੋਂ ਛੋਲਾ ਤੇ ਨਾਲੇ ਤੇਜ਼ ਰਫ਼ਤਾਰ ਬਿਜਲੀ ਰੇਡ ਉਹ ਕੀ ਹੋ ਗਿਆ ਬਿਜਲੀ ਕਾਬੂ ਆ ਗਈ ਮੈਨੂੰ ਲੱਗਦਾ ਹਾਏ ਇਹ ਯੂਪੀਐਸ ਵੱਡਾ ਪੈ ਗਿਆ ਕੈਚ ਕਰ ਗਿਆ ਬਿਜਲੀ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਬਿਲਕੁਲ ਤਿਆਰ ਬਰ ਤਿਆਰ ਚੱਲ ਪਈ ਸੋਹਣਿਆ ਪਾਹ ਕਬੱਡੀ ਅਗਲੀ ਕਬੱਡੀ ਪਾਉਣ ਵਾਸਤੇ ਖਾਲਸ ਪੱਟੀ ਚੱਲ ਪਈ ਪੱਟ ਗਿਆ ਪਾ ਕਬੱਡੀ ਇੱਕ ਵਾਰੀ ਫਿਰ ਪੋਲਿਆਂ ਪੋਲਿਆਂ ਪੱਪਾਂ ਦੇ ਨਾਲ ਮੁੰਡੇ ਦਾ ਹਮਲਾ ਸਦਕੇ ਜਾਵਾਂ ਕਹਿੰਦਾ ਆ ਕੇ ਵਿੱਚ ਮੈਦਾਨ ਖਾਲਦ ਗਿਆ ਟਿੱਲ ਪੱਪਾਂ ਭਰਨੇ ਮੈਂ ਲਾ ਦਿਆਂਗਾ ਸ਼ਹਿਰ ਲਾਹੌਰ ਦੇ ਨਾਲ ਮੇਰਾ ਵਾਸਤਾ ਏ ਉਹਦੇ ਨਾਂ ਦੇ ਢੰਕੇ ਵਜਾ ਦਿਆਂਗਾ ਸ਼ਹਿਰ ਲਾਹੌਰ ਦੇ ਨਾਲ ਮੇਰਾ ਵਾਸਤਾ ਏ ਉਹਦੇ ਨਾਂ ਦੇ ਢੰਕੇ ਵਜਾ ਦਿਆਂਗਾ ਨੰਬਰ ਖਾਲਸ ਪੱਟੀ ਦਾ ਕਬੱਡੀ ਪਾਏਗਾ ਵਸੀਮ ਕੰਬੋ ਲਓ ਜੀ ਪਹਿਲੇ ਹਾਫ ਸਮੇਂ ਦੀ ਖੇਡ ਮੈਂ ਐਲਾਨ ਕਰਦਾ ਜਾਵਾਂ ਕਿ ਮੇਰੇ ਲੱਗੇ ਆਉਣ ਜੀ ਬੜੀ ਮਿਹਰਬਾਨੀ ਵਾਰਸ ਅਲੀ ਸਾਹਿਬ ਵੱਲ ਅਲਾ ਯਾਰ ਲਿਆਕਤ ਅਲੀ ਗੁੱਜਰ ਸਾਹਿਬ ਵੱਲ ਮੁਹੰਮਦ ਸਦੀਕ ਖਾਨ ਮੁਹੰਮਦ ਸਾਹਿਬ ਵੱਲ ਮੀਆਂ ਚੱਕ ਨੰਬਰ 445 ਮੁਹੰਮਦ ਅਬਦੁੱਲਾ ਸਾਹਿਬ ਵੱਲ ਵੱਲ ਵਲੀ ਮੁਹੰਮਦ ਇਹਨਾਂ ਵਾਸਤੇ ਸਪੈਸ਼ਲ ਗਿਫਟ ਜਾਣਗੇ ਕੈਸ਼ ਪ੍ਰਾਈਜ਼ ਦੀ ਸ਼ਕਲ ਦੇ ਵਿੱਚ ਇਸ ਸਰਸਬਜ਼ ਦੀ ਤਰਫੋਂ ਔਰ ਜਨਾਬ ਮੈਂ ਐਲਾਨ ਕਰਦਾ ਜਾਵਾਂ ਜਨਾਬ ਲਓ ਜੀ ਸਕੋਰ ਪੋਜੀਸ਼ਨ ਇਸ ਤਰ੍ਹਾਂ ਹੈ ਪਾਕਿਸਤਾਨ ਗ੍ਰੀਨ ਦੇ ਨੰਬਰ ਨੇ 22 ਪਾਕਿਸਤਾਨ ਵਾਈਟ ਦੇ ਨੰਬਰ ਨੇ 19 ਤਾੜੀਆਂ ਮਾਰ ਕੇ ਦੱਸ ਦਿਓ ਕੌਡੀ ਕਿੱਦਾਂ ਦੀ ਹੋਣ ਦੀ ਹੈ ਜ਼ਿੰਦਾਬਾਦ ਜੀ ਜ਼ਿੰਦਾਬਾਦ ਜੀ ਔਰ ਮੈਂ ਇੱਕ ਐਲਾਨ ਕਰਦਾ ਜਾਵਾਂ ਜਿਨ੍ਹਾਂ ਜ਼ਿਮੀਦਾਰਾਂ ਦੀ ਫਸਲ ਨੇ ਇਨਕਰੀਜ਼ ਬਹੁਤ ਤਕੜੀ ਦਿੱਤੀ ਹੈ ਬਹੁਤ ਤਕੜਾ ਇਜ਼ਾਫਾ ਹੋਇਆ ਪੈਦਾਵਾਰ ਦੇ ਵਿੱਚ ਸਰਸਬਜ਼ ਦੀ ਤਰਫੋਂ ਉਹਨਾਂ ਵਾਸਤੇ ਇਨਾਮਾਤ ਨੇ ਸਵੀਨੀਅਰ ਨੇ ਸ਼ੀਲਡਾ ਨੇ ਉਹਨਾਂ ਦਾ ਮੁਤਲਕਾ ਡਿਸਟ੍ਰਿਕਟ ਸੇਲਸ ਮੈਨੇਜਰ ਉਹਨਾਂ ਤੱਕ ਇਸ ਗਿਫਟ ਫੜਾ ਦੇਗਾ ਮੈਂ ਨਾਂ ਸ਼ੇਅਰ ਕਰਦਾ ਜਾਵਾਂ ਜਿਹੜੇ ਨਾਂ ਮੇਰੇ ਕੋਲ ਆਏ ਨੇ ਜਿਨ੍ਹਾਂ ਨੇ ਇਨਕਰੀਜ਼ ਬਹੁਤ ਤਕੜੀ ਦਿੱਤੀ ਹੈ ਜਿਨ੍ਹਾਂ ਨੂੰ ਪੈਦਾਵਾਰ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਇਹ ਮਹਿਰਾਨ ਰਜ਼ਾ ਸਾਹਿਬ ਆਫ ਜੰਗ ਇਹਨਾਂ ਨੇ 14.9% ਪੈਦਾਵਾਰ 'ਤੇ ਇਜ਼ਾਫਾ ਕੀਤਾ ਗੰਨੇ ਦੀ ਫਸਲ ਦੇ ਵਿੱਚ ਇਹਨਾਂ ਵਾਸਤੇ ਸਵੀਨੀਅਰ ਹੈ ਫੌਜੀ ਮੁਹੰਮਦ ਅਸਗਰ ਸਾਹਿਬ ਹਾਜੀ ਮਹਿਮੂਦ ਸਾਹਿਬ ਜੰਗ ਮਾਰ ਮੁਹੰਮਦ ਹੁਸੈਨ ਸਾਹਿਬ ਜੰਗ ਮਲਕ ਅਸ਼ਰਫ ਸਾਹਿਬ ਜੰਗ ਤਕਰੀਰ ਨਾਸਰ ਸਾਹਿਬ ਆਫ ਜੰਗ ਮੁਹਤਰਮ ਉਮਰ ਦਰਾਜ ਸਾਹਿਬ ਮੁਹੰਮਦ ਅਫਜ਼ਲ ਸਾਹਿਬ ਰਾਓ ਇਸ਼ਤਿਆਕ ਸਾਹਿਬ ਚੌਧਰੀ ਇਸ਼ਤਿਆਕ ਸਾਹਿਬ ਚੌਧਰੀ ਸਈਦ ਸਾਹਿਬ ਲਓ ਜੀ ਕਬੱਡੀ ਪੈ ਗਈ ਇੱਧਰ ਹਾਂਜੀ ਕਬੱਡੀ ਪਾਉਣ ਵਾਸਤੇ ਬਲਾਲ ਮੋਸਨ ਢਿੱਲੂ ਇੱਕ ਵਾਰੀ ਫੇਰ ਉਹ ਮਾਰਿਆ ਟੱਚ ਨਿਕਲਿਆ ਮੁੰਡਾ ਸਦਕੇ ਆਰਫ ਪਠਾਨ ਬੱਲੇ 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 ਆਰਫ ਪਠਾਨ ਤੇ ਬਲਾਲ ਮੋਸਨ ਢਿੱਲੂ ਕਹਿੰਦਾ ਪਿੰਡ ਦੇ ਵਿਚਾਲੇ ਭਾਵੇਂ ਚੌਕੀ ਏ ਜੱਟ ਉੱਚਿਆਂ ਕੰਮਾਂ ਦਾ ਸ਼ੌਕੀ ਏ ਜੱਟ ਉੱਚਿਆਂ ਕੰਮਾਂ ਦਾ ਸ਼ੌਕੀ ਏ ਨੰਬਰ ਬਲਾਲ ਮੋਸਨ ਦਾ ਜੀ ਨੰਬਰ ਬਲਾਲ ਮੋਸਨ ਦਾ ਮੁਹਤਰਮ ਵਾਰਸ ਅਲੀ ਸਾਹਿਬ ਵੱਲ ਅਲਾ ਯਾਰ ਲਿਆਕਤ ਅਲੀ ਗੁੱਜਰ ਸਾਹਿਬ ਵੱਲ ਮੁਹੰਮਦ ਸਦੀਕ ਮੇਰੇ ਨਜ਼ਦੀਕ ਆ ਜਾਓ ਸਾਰੇ ਜੀ ਜਾਂ ਸਾਹਮਣੇ ਆ ਜਾਏ ਮੇਰੇ ਬੜੀ ਮਿਹਰਬਾਨੀ ਵਾਰਸ ਅਲੀ ਸਾਹਿਬ ਵੱਲ ਅਲਾ ਯਾਰ ਲਿਆਕਤ ਅਲੀ ਗੁੱਜਰ ਸਾਹਿਬ ਵੱਲ ਮੁਹੰਮਦ ਸਦੀਕ ਦੂਜੇ ਨੰਬਰ ਤੇ ਆਏ ਨੇ ਦੋਵਾਂ ਵਾਸਤੇ ਇਨਾਮਾਤ ਨੇ ਇੱਧਰ ਜੀ ਕਬੱਡੀ ਕਬੱਡੀ ਅਰਸਲਾਨ ਵੱਟੂ ਦੀ ਇੱਕ ਵਾਰੀ ਫੇਰ ਨੌਜਵਾਨ ਦਾ ਨਾਂ ਹੈ ਮੁਹੰਮਦ ਅਰਸਲਾਨ ਵੱਟੂ ਲਾੜਨਾ ਕਹਿੰਦੇ ਗੱਭਰੂ ਨੂੰ ਚੌਧਰੀ ਮੁਹੰਮਦ ਹੁਸੈਨ ਗੁੱਜਰ ਨੌਜਵਾਨ ਤੇ ਮਿਹਨਤ ਗੁੱਜਰ ਦੀ ਉਹ ਵੇਖੋ ਜੀ ਇਹ ਨਿਕਲ ਕੇ ਲੱਗਾ ਵਕਾਸ ਰਹੀਮ ਗੁੱਜਰ ਗੱਡੀ ਤੇਜ਼ ਹੈ ਜਾਫੀ ਤਰਨਾਟ ਧੱਕੇ ਧੋ ਜਾਂਦਾ ਈ ਸ਼ੂਕ ਦਾ ਸਦਕੇ ਜਾਵਾਂ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਸੀਮ ਕੰਬੋ ਸਦਕੇ ਪੰਜਾਬੀਆਂ ਦੇ ਉਹ ਜਾਂਦੇ ਨਿਕਲ ਕੇ ਲੱਗਾ ਮੁੰਡਾ ਹਾਏ ਜਾਂਦੇ ਕੈਚ ਕਰਨ ਵਾਲੀ ਗੱਲ ਕੀਤੀ ਗੱਭਰੂ ਨੇ ਇੱਥੇ ਲੱਗਣਾ ਪਤਾ ਹਮਜ਼ਾ ਕਸਾਈ ਤੇ ਵਸੀਮ ਕੰਬੋ ਪਰ ਨੰਬਰ ਕੰਬੋ ਦਾ ਕਹਿੰਦਾ ਕੁੱਕੜ ਕਾਂ ਕੰਬੋ ਕਬੀਲਾ ਪਾਲ ਦੇ ਕੁੱਕੜ ਕਾਂ ਕੰਬੋ ਕਬੀਲਾ ਪਾਲ ਦੇ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਔਜ਼ੀ ਗੋਂਦਲ ਰਜ਼ੀ ਗੋਂਦਲ ਦੀ ਕਬੱਡੀ ਸੋਹਣਾ ਗੋਲ ਮਟੋਲ ਜਿਹਾ ਜੁੱਸਾ ਮੁੰਡੇ ਦਾ ਲੁੱਸ ਲੁੱਸ ਕਰਦੀ ਜਵਾਨੀ ਲੱਗੇਗਾ ਪਤਾ ਇੱਥੇ ਹੁਣ ਗੱਭਰੂ ਟੱਚ ਕਿਹਨੂੰ ਮਾਰੇਗਾ ਕਿਹਨੂੰ ਛੇੜੇਗਾ ਉੱਧਰ ਚੌਹਾਂ ਦੀ ਘੁੰਮਦੀ ਪਈ ਚੇਨ ਇਹ ਖੱਬੇ ਸੱਜੇ ਬੱਲੇ ਬੱਲੇ ਕੰਧਾਂ ਚਾਰ ਖਲੋਤੀਆਂ ਹੋਈਆਂ ਮਦੱਸਰ ਮੱਛੋ ਉਹ ਲੱਗਾ ਮੁੰਡਾ ਇੱਕ ਵਾਰੀ ਫੇਰ ਨਫੀਸ ਗੁੱਜਰ ਨੇ ਟਰਾਈ ਕੀਤੀ ਹੈ ਲੇਕਿਨ ਮੁੰਡਾ ਨੰਬਰ 'ਚ ਕਰ ਗਿਆ ਇਜ਼ਾਫਾ ਉਸਤਾਦ ਸ਼ਹਿਬਾਜ਼ ਅਲੀ ਬੰਦੇਸ਼ੇ ਅਲ ਨੰਬਰ ਦਾ ਹੋਇਆ ਵਾਧਾ ਅਗਲੀ ਕਬੱਡੀ ਪਾਉਣ ਵਾਸਤੇ ਸਾਧੂਲਾ ਜੱਟ ਸਖੀਰੇ ਵਾਲਾ ਚੱਲ ਪਈ ਜੱਟਾ ਪਾਹਾਂ ਕਬੱਡੀ ਔਰ ਜਿਨ੍ਹਾਂ ਮੈਂ ਦੋਸਤਾਂ ਨੇ ਨਾਮ ਅਨਾਊਂਸ ਕੀਤੇ ਨੇ ਮੁਹਤਰਮ ਨਸੀਰੁੱਲਾ ਖਾਨ ਸਾਹਿਬ ਦੇ ਕੋਲ ਪਹੁੰਚ ਜਾਣ ਬੜੀ ਮਿਹਰਬਾਨੀ ਜਨਾਬ ਵਾਰਸ ਅਲੀ ਸਾਹਿਬ ਇੱਧਰ ਜੀ ਇਹ ਰਾਸ਼ਦ ਗੁੱਜਰ ਤੇ ਇਹ ਸਖੀਰੇ ਵਾਲਾ ਜੱਟ ਇਹ ਸਾਧੂਲਾ ਜੱਟ ਤੇ ਰਾਸ਼ਦ ਗੁੱਜਰ ਉਹ ਧੱਕੇ ਵੱਜੇ ਨੇ ਮੁੰਡੇ ਨੂੰ ਆਏ ਨੰਬਰ ਸਾਧੂਲਾ ਜੱਟ ਦਾ ਔਰ ਲਿਆਕਤ ਅਲੀ ਗੁੱਜਰ ਸਾਹਿਬ ਵੱਲ ਮੁਹੰਮਦ ਸਦੀਕ ਸਰਗੋਧਾ ਰੋਡ ਜੰਗ ਇਹ ਨਸੀਰੁੱਲਾ ਖਾਨ ਸਾਹਿਬ ਦੇ ਕੋਲ ਪਹੁੰਚ ਜਾਣ ਮਿੱਤਰ ਖਾਨ ਮੁਹੰਮਦ ਸਾਹਿਬ ਮੁਹੰਮਦ ਅਬਦੁੱਲਾ ਸਾਹਿਬ ਵੱਲ ਵਲੀ ਮੁਹੰਮਦ ਸਾਹਿਬ ਇਹ ਮਿੱਤਰ ਜ਼ਰਾ ਨਸੀਰੁੱਲਾ ਖਾਨ ਸਾਹਿਬ ਦੇ ਕੋਲ ਪਹੁੰਚ ਜਾਣ
चल पे सोनिया खाल पट्टी अगली कबड्डी पाउन वास्ते मुंडा लचकदार जुस्से दे नाल कबड्डी कबड्डी करदा पिया है किन्ने कमाल पट्टी ਗੱਭਰੂ ਬਣਿਆ ਹੈ ਅੱਜ ਬੇਮਿਸਾਲ ਪੱਟੀ ਮਾਣ ਬਣ ਕੇ ਅੱਜ ਪੰਜਾਂ ਪਾਣੀਆਂ ਦਾ ਵਿੱਚ ਪਿੜ ਦੇ ਪੌਂਦਾ ਧਮਾਲ ਪੱਟੀ ਨੰਬਰ ਪੱਟੀ ਦਾ ਕਬੱਡੀ ਪਾਏਗਾ ਗੁਲਾਮ ਮੁਸਤਫਾ ਬਿਜਲੀ ਅਗਰ ਮੁਸਤਫਾ ਬਿਜਲੀ ਦੀ ਖੇਡ ਚੰਗੀ ਲੱਗੀ ਤੇ ਤਾੜੀਆਂ ਮਾਰ ਦੋ ਬਿਜਲੀ ਦੀਆਂ ਇੱਥੇ ਕਰੀ ਉਹ ਸਦਕੇ ਜਾਵਾਂ ਬਿਜਲੀਏ ਤੈਨੂੰ ਰੱਬ ਦੀਆਂ ਰੱਖਾਂ ਹਾਏ ਪਏ ਬੱਲੇ ਬੱਲੇ ਹਾਏ ਛੋਲਾ ਕਬੱਡਰ ਬੱਲੇ ਤੇਜ਼ ਰਫ਼ਤਾਰ ਹੈ ਆਏ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾ ਇਹਦਾ ਵਜੂਦ ਵੇਖੋ ਤੇ ਇਹਦੀ ਦਲੇਰੀ ਵੇਖ ਲਓ ਸਦਕੇ ਜਾਵਾਂ ਨੌਜਵਾਨ ਦੀ अगली कबड्डी पाउन वास्ते नौजवान अरसलान वट्टू एक करी फेर खेड मैदान दे विच कबड्डी 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 करता होया नवीद जट के हले वाला दूजे बंदे राशिद मलक विच राशिद नौजवान मैं वेना पिया एयरफोर्स दा शहजादा नौजवान दा नाम है वकास रहीम गुज्जर मदसर मच्छो ओ होई टक्कर कन्ना मैं क्या करते छोड़ो मुझे मैं उसको टच कर चुका हूं नंबर कबड्डर दा नंबर कबड्डर दा नंबर कबड्डर दा अगली कबड्डी पाएगा बलाल मोसन टिल्लू एक करी फेर खेड मैदान दे विच कबड्डी 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 करदा होया जट इत्थे लगेगा पता ए मुंडा किन्नू लाएगा हाथ लगेगा के चौहान दी चेन औंदे तावी नू वेख के कहन जाफी समझ गए या तेरी अदा राठा साथो बच के जाना है बहुत औखा एक बारी तू हाथ ते ला राठा पर जत कहंदा जित के ही जाना मैं जाना नहीं हो हार के जे एक करी मारो आप बलाल मोसन दियां ताड़ियां मुंडे दियां सदके जावा नंबर दा मुंडे ने कीता वादा कबड्डी पाएगा रजी गोंदल चल पे गोंदला पा कबड्डी जांदे कीता कैच ओ लगा नवीद जट उधर जट ते गोंदल धौला तफे धक्के खब्बे सज्जे ओ गया इशू गाए नंबर कबड्डर दा गल्ला करने गते वसीम कंबोदा खालत पट्टी छीट का जहां नौजवान चिट्टे रंग का पाया होया कच्छा चिट्टी चादर लाशट फुड़िए ते पैंट फकीरां वाली लोई चिट्टी चादर नु दाग हजारा ते लोई नु दाग ना कोई 28 पॉइंट पाकिस्तान ग्रीन और 24 पाकिस्तान वाइट आए हाय हाय धक्के तोड़े थाने पैने हां जी नवीद साजद साहब ने देख लिया कहंदे कोई सोने दा गिलास होवे इशक चट लंदा बंदा जिड्डा भी चलाक होवे खूबसूरत सजिया होया मेला कबड्डी दे मैदान दे विच अज कौडी दीयां गल्लां होणगीयां चल जवाना कहंदे दिंदी गिदड़ी है जन्म गिदड़ां नूं कर शेर दी ही सकदी शेर पैदा चल मुस्तफा बिजली हाय मुस्तफा बिजली हाय मुस्तफा बिजली जी जवाना जी ताड़ियां बिजली दे ना दियां जी आए ताड़ियां बिजली दे ना दियां कर शेर दी ही सकदी शेर पैदा जेकर जमीन दे विच गिल होवे फसल हुंदी जमीन चो फेर पैदा चंद चौधरी दा रात नूं दिन चढ़े सदा मस्या करदी हनेर पैदा कीतियां मेहनतां होण जिन्हां मापिया ने हुंदे उहनां दे घर कौडी दे प्लेयर पैदा हुंदे उहनां दे घर कौडी दे प्लेयर पैदा चलो जी सरसब्ज खाद दा सजाया होया मेला अरसलान वट्टू जीओ जवाना जी वर्ल्डन आए हाय हाय राह डक के खलो गया मेरा नी भाभी सोना मुंडा गुजरां दा वर्ल्डन जी बहुत ही तकड़ा मैच हो रहा जी अदनान सरवर साहब बड़ी जबरदस्त स्कोरिंग कर रहे हैं एक एक पॉइंट दे हाँ जी ग्रीन टीम ने ग्रीन निकरा पहनिया और वाइट टीम ने वाइट निकरा पहनिया चल लो जवाना मोशन टी लोग गया ओए होए होए हो गया सामना गुत्थम गुत्था हो गया दोनों ते वाच गया ललकारा मौलवी आरफ पठान सी मौलवी साहब अल्लाह वी अल्लाह नहीं जी नहीं मौलवी साहब कौटी खेलने ते खीर खान च बड़ा फर्क है जी वेल्डन जी दोवा मैच टीमा दा बिल्कुल बैच फसया होया रजी गोंदल एक बारी फिर गया होया वारे दे उत्ते देखो किदे नाल हाय हाय चाका मारिया बची होई कैंची लगदे होए जफे पुट्ठी पाण दी कोशिश कीती सी लेकिन कामयाब नहीं हो सकया पॉइंट एक बारी फिर चल गया पाकिस्तान ग्रीन दे खाते च पाकिस्तान ग्रीन दे गबरू ओ आ जिन्ना ने
हरे रंग दियां निकरां पैंदियां और पाकिस्तान वाइट दे गबरू आ जिन्हां चिट्टे रंग दियां निकरां पैंदियां सरसब्ज खाद दा सजाया होया मेला किसानां दी पसंदीदा खाद सरसब्ज खाद साडी अज दी तकरीब दे मुख मेहमान इस्तेमाब मोहतरम जनाब महबूब सुल्तान साहब साहबजादा महबूब सुल्तान साहब वफाकी वजीर खुराक एंड रिसर्च कर्नल गुजलफर वास कुरैशी साहब एमपीए अच्छा काठिया ब्रादरान जी मियां नूर सुमत काठिया काठिया ब्रादरान दा घोड़े दा कंपटीशन आ कहंदे अपने अपने घोड़े तैयार कर लो भाई ले भी जेनु मुस्तफा बिजली दी कौड़ी पसंद आ ताड़ियां मार के दसो एक बारी मुस्तफा बिजली हाय हाय चल भाई देखो ये पाकिस्तान दी बिजली आ या अल्लाह दी बनाई हुई बिजली आ वर्ल्ड जी मुस्तफा बिजली पॉइंट पॉइंट जापी दा जी बिजली काबू आ गई लोड शेडिंग हो गई जी बिजली काबू आ गई और चल ले जाना जनाब महबूब सुल्तान साहब तुहानू पंजाब दी एक रैतल सुनानी है जरा गौर नाल सुनियो कहंदे साडी रैतल बैत खड़ीच गई सानू शहरां ला लई सन अज मुड़ मुड़ चेते आंदे जंड बोर्ड छड़ियां वण ओ खिद्दो खुंडी ठीकरा किते गुड्डी गुड्डे दी जंज ओ लुकण मिट्टी खेडणा किते डंडा डोक ते वंज बन डोडे लोहड़ी बगड़ा ते घर घर पाणा शोर ओ अड्डियां गोडे रगड़ना ते मीह पैणा जोरो जोर ओ सांझा छप्पड़ पिंड जिथे पशु नुआने रज फिर एक दूजे नु डोबना ते भज भाईया भज मावां दा घरी रिकना ते भैणां दे करदे ते गबरुआ कौड़ी खेडना ते रज रज खाने के मटियारां विच त्रिंजड़ी ते गबरू विच मदान ओ पग्गां शिमले वालियां ए परिया ओ प्रधान ए पुत्तर धरती मां दे जिन्हां कदी ना तोड़े मान यारां तो सिर नूं वारदा ते वीरां तो वारदी जान असीं रहतल देश पंजाब दी असीं दित्ती मनोवसार असीं इंज वसेबा बदलिया असीं गए पछोकड़ हार हुण की हुक्कियां दा गुड़कणा ते की हिकणे डंगर ढोर ਅਸੀਂ ਆਪੇ ਆਪ ਨੂੰ ਲੁੱਟਿਆ ਅਸੀਂ ਆਪੇ ਆਪਣੇ ਚੋਰ ਇਹ ਪੰਜਾਬ ਦੀ ਰਾਤ ਪਸੰਦ ਆਈ ਹੈ ਤਾੜੀ ਮਾਰ ਕੇ ਜ਼ਰਾ ਇੱਕ ਵਾਰੀ ਦੱਸੋ ਜੀ ਮਿਹਰਬਾਨੀ ਜਨਾਬ ਸੁਭਾਈ ਵਜ਼ੀਰ ਹੈ ਹਾਂਜੀ ਸੂਫੀ ਰਮਜ਼ਾਨ ਇਨਕਲਾਬੀ ਸਾਹਿਬ ਬਾਨੀ ਜੰਗ ਡਿਵੀਜ਼ਨ ਮਰਾਓ ਤਹਿਰੀਕ ਇਨਸ਼ਾਅੱਲਾ ਜੀ ਜੰਗ ਮਰਾਓ ਤਸ਼ਰੀਫ ਲਿਆਏ ਵੈਲਕਮ ਜੀ ਆਇਆਂ ਹਾਂ ਅੱਛਾ ਜੀ अच्छा मियां नूर स्मार्ट काटिया जी आ लगी होई कैंची ते वर्ल्ड ताड़ियां मारो वे नौजवान वास्ते हाय 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 कहंदा सफर वास्ते गड्डी चंगी रेल हुंदी आ फिर लगी होई कैंची सेंटर जेल हुंदी आ हां जी घोड़े भी आ रहे जी नूर स्मार्ट काटिया साहब दे वर्ल्ड जी एक बार फिर कबड्डी दे मैदान नाल जुड़िए आया भाई वसीम कंबो पाकिस्तान दा तेजतरीन रेडर जनाब राय बैदुल्ला मसूद खरल साहब भी पूरा नजारा ले रहे हैं इस वाले कबड्डी दा यार मेहमानों दे खरा सामने हो स्टेज खाली कर दियो हाय 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 पॉइंट पॉइंट पाकिस्तान ग्रीन दा पाकिस्तान ग्रीन और पाकिस्तान वाइट दी टीमां दे दरमियान बड़ा ही कांटेदार मुकाबला चल रहा इस वेले झंग दी धरती दे उत्ते एक बारी होर तुहानू ऐलान सुना दवां कि इस साल दी इंशाल्लाह 2 जनवरी तो लाके 6 जनवरी तक कमिश्नर फैसलाबाद डिवीजन नेशनल कबड्डी चैंपियनशिप इकबाल स्टेडियम फैसलाबाद च हो रही है और 22 नवंबर नु सरदार संतोख सिंह जी मंडेर ननकाना साहब दे विच टूर्नामेंट करवा रहे हैं 22 तो 25 नवंबर नु चौधरी जहूर इलाही गोल्ड कप कबड्डी टूर्नामेंट गुजरात दे विच पाकिस्तान कबड्डी फेडरेशन दे जेरे इहतमाम हो रहा इस दे घोड़े आ गए जी मैदान दे विच हाय 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 बड़ा औखा काम है जी चलो जी वर्ल्डन आया है वजी हुई कैंची आए तालियां भी तालियां वर्ल्डन रेडर आए हाय हाय चल ले जाना हाय वर्ल्डन अजी गोंदल पई कबड्डी मारो भी जफा पेंदियां कबड्डियां अज चढ़ चढ़ के ते वेखदा जमाना अज खड़ खड़ के आए वर्ल्ड ਯਾਰ ਜੋ ਵੀ ਪਈ ਹੋਈ ਕਬੱਡੀ ਵੇਖੋ ਨਵੀਦਾ ਜੱਟ ਆਏ ਜਿਓ 2 ਨੰਬਰ ਤੋਂ ਲੱਗਾ ਮਲਕ ਰਾਸ਼ਦ ਆਏ ਮਲਕ ਰਾਸ਼ਦ ਪੰਜਾਬ ਦਾ ਨਾਂ ਸੋਣਾ
जेनू वेख के सीना ठर जांदा। बारो ताड़ियां मलक राशा ते नाल दिया। बड़ी देर बाद फार्म च आया नौजवान ने लक पड़िया मारिया होया जफा और इहदे नाल ही पॉइंट हो गया एक बार होर पाकिस्तान ग्रीन दा। पाकिस्तान ग्रीन और पाकिस्तान वाइट दा मैच चलता आखिरी मराहल दे विच आ बिल्कुल घोड़े मैदान दे विच आ गए आ। वेलकम जी चल नौजवाना चल आया फिर मुस्तफा बिजली मेरे गांव में बिजली आई है चल बिजली मुस्तफा बिजली मुस्तफा बिजली दी पई होई रेट वेखो किहदे नाल हुंदा टच मुस्तफा बिजली ते राशद गुज्जर एनएलसी ट्रांडा ते सुजुकी कार एनएलसी ट्रांडा ते सुजुकी कार आए कार निकल गई ट्रांडे दे कोल कार निकल गई घोड़े आ गए जी मैदान दे विच इहदे नाल ई मेरा ख्याल कबड्डी भी आखिरी मराहल च जा रही है। रजी गोंदल गया वारे दे उत्ते कबड्डी दा ठाठा मारदा होया समुंदर मैच कबड्डी दा वेखण लई जत्थे आए ने बण बण हाणियां दे आ ते वेख ला मैदान अंदर पुब्बा मारदे ने पुत पंजा पाणियां दे पुब्बा मार यार मेहमानां दे सामने मेहरबानी स्टेज खाली कर दे। पॉइंट दस्सो जी पॉइंट पोजीशन 30 पॉइंट हो गए हैं पाकिस्तान वाइट दे और 39 39 पॉइंट है पाकिस्तान ग्रीन दे। पाकिस्तान ग्रीन ने 9 पॉइंट की पोजीशन बर्तरी ने मैच जीत लिया जी।